सत श्री अकाल दोस्तों, बहुत बहुत स्वागत है अज की वीडियो में। तो अज असी पहुंचे हैं डिस्ट्रिक्ट मानसा के पिंड बोहा में। अपने नाल ने बई बलजिंदर सिंह, तो इन्हों का बई होरां दा परिवार भी काफ़ी बड़ा। सारे परिवार नाल मिलो। पहला तो बई बलजिंदर बहुत बहुत स्वागत है। सत श्री अकाल भाई। अंकल जी थोड़ा भी बहुत बहुत स्वागत है। तो बलजिंदर भाई पहला दसो अपने परिवार बारे। हाँ जी वीरे, मेरे चाचा जी ने। अच्छा जी। तो सबका सरपंच ने, इन्हों नाम सरदूल सिंह है। अच्छा भाई। वैसे अपना परिवार सारा बहुत बड़ा। तो आ कम्मा करा करके थोड़ा जिहा बिजी होने करके थोड़ा पता है भी हूँ कम्मा विच नरमे की बिजाई चली जाती है, विच जीरी की पौधा वो बीजी जाने लोग, वो करके थोड़ा जिहा कम्म दे बिजी करके अपना सारा परिवार इकट्ठा नहीं हैगा। तो आप एक वीडियो फिर बनावांगे जो अपना सारा परिवार इकट्ठा करके। तो अपना परिवार बहुत ज़्यादा वड्डा है। ये मेरे चाचा जी ने, इन्हों का पोता है, वो मेरा ब्रदर है, ये भतीजा अपना। अच्छा। तो ये भी अपने घर ने मुंडे। तो ਇਹ ਬਈ ਆਪਣਾ ਮੰਨ ਲਓ ਘੋੜੀਆਂ ਵਾਲਾ ਪਰਿਵਾਰ ਆ ਗਿਆ। ਹਾਂਜੀ ਹਾਂਜੀ ਹਾਂਜੀ, ਘੋੜੀਆਂ ਵਾਲੇ ਮਿੱਤਰ ਆ ਗਏ। ਤੇ ਸਾਰਿਆਂ ਨੂੰ ਬਈ ਜਿੰਨੇ ਘਰ ਨੇ ਸਾਰਿਆਂ ਨੂੰ ਇਹ ਸ਼ੌਂਕ ਘੋੜੀਆਂ? ਮੇਰੇ ਆਪਣੇ ਸਾਰੇ, ਹਾਂ ਜੱਦੀ ਆਪਣਾ ਪਿੱਛੋਂ ਪਾਕਿਸਤਾਨ ਤੋਂ ਨਾ, ਆਪਣੇ ਸਾਰੇ ਜਿੰਨੇ ਬਜ਼ੁਰਗ ਸੀਗੇ ਜਦੋਂ ਪਾਕਿਸਤਾਨ ਛੱਡ ਕੇ ਇਹ, ਉਦੋਂ ਵੀ ਨਾਲ ਲੈ ਕੇ ਇਹ ਘੋੜੀਆਂ 1947 'ਚ ਵੰਡ ਵੇਲੇ। ਅੱਛਾ ਬਾਈ। ਤੇ ਉੱਥੇ ਪਾਕਿਸਤਾਨ 'ਚ ਵੀ ਰੱਖਦੇ ਸੀ ਆਪਣੇ ਸਾਰੇ ਪਰਿਵਾਰ ਨੂੰ, ਇਹਨਾਂ ਨੂੰ ਸਾਰੇ ਪਰਿਵਾਰ ਨੂੰ ਆਪਣੇ ਨੂੰ ਸ਼ੌਂਕ ਹੈ। ਯਾਨੀ ਕਿ ਪਿਛੋਕੜ ਤੋਂ ਹੀ ਮੰਨ ਲਓ ਬਾਈ ਆਪਦੇ ਤੁਰੇ ਆਉਂਦੇ ਹੋ, ਪਾਕਿਸਤਾਨ ਤੋਂ ਇੱਧਰ ਆ ਗਏ, ਇੱਧਰ ਆ ਗਏ ਵੀ ਉਮੀ ਜੁਕਰੀ ਇਹ ਜਿਹੜਾ ਬਰਕਰਾਰ ਰਿਹਾ। ਹਾਂਜੀ ਹਾਂਜੀ। ਖੂਨ ਵਾਲਾ ਸ਼ੌਂਕ ਆ? ਖੂਨ? ਹਾਂ ਖੂਨ 'ਚ ਵੀਰੇ ਸ਼ੌਂਕ ਆਪਣੇ। ਅਤੇ ਇਸ ਟਾਈਮ ਬਾਈ ਬਲਜਿੰਦਰ ਆਪਣੇ ਕੋਲ ਕਿੰਨੇ ਜਾਨਵਰ ਆ? ਵੀਰੇ ਆਪਣੇ ਕੋਲ ਇੱਕ ਵਛੇਰੀ ਹੈ, ਦੋ ਘੋੜੀਆਂ ਨੇ। ਇੱਕ ਵਛੇਰੀ? ਹਾਂਜੀ। ਵਛੇਰੀ ਬਾਈ ਕਿਹੜੇ ਘੋੜੇ ਦੀ ਬੱਚੀ, ਕਿਹੜੀ ਲਾਈਨ 'ਚੋਂ ਆ ਜੀ? ਇਹ ਵੀਰੇ ਬਾਕਰਪੁਰ ਵਾਲੇ ਨੂਰੇ ਦੀ ਬੱਚੀ ਹੈ। ਵੈਸੇ ਬਾਈ ਦੇਖਣ ਨੂੰ ਬਛੇਰੀ ਨਹੀਂ ਲੱਗਦੀ, ਜਿਵੇਂ ਤੁਸੀਂ ਕਿਹਾ ਸਵਾ ਕੁ ਮਹੀਨਾ, ਫਿਰ ਤਾਂ ਹਾਈਟ ਹੂਟ ਚੰਗੀ ਕਰੀ। ਹਾਂਜੀ 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 ਵੀਰੇ, ਚੰਗੀ ਕਰੋ। ਘੋੜੀ ਦੀ ਹਾਈਟ ਕਿੰਨੀ ਹੈ ਬਾਈ ਕਾਲੀ ਦੀ? ਘੋੜੀ ਦੀ ਵੀਰੇ 58 ਇੰਚ। 58 ਇੰਚ ਪੱਟੀ ਵਾਲੀ? ਪੱਟੀ ਵਾਲੀ 58 ਇੰਚ। ਹਾਂਜੀ ਹਾਂਜੀ। ਅਤੇ ਕਾਲੀ ਘੋੜੀ ਦਾ ਕੀ ਨਾਮ ਆ ਬਾਈ? ਇਹਦਾ ਨਾਮ ਮੈਣਾ ਵੀਰੇ। ਮੈਣਾ? ਹਾਂ। ਕਿੰਨੇ ਟਾਈਮ ਦੀ ਹੋਊਗੀ ਬਾਈ ਜੀ ਇਹ? ਇਹ ਵੀਰੇ ਆਪਣੇ ਕੋਲ ਦੂਜਾ ਸੂਆ ਸੂਈ ਹੈ। ਦੂਜਾ ਸੂਆ ਕਰ? ਹਾਂਜੀ। ਅਤੇ ਨੁਕਰੀ ਦਾ ਬਾਈ ਕਿਵੇਂ, ਕੀ ਕੁਛ ਆ ਪਿਛੋਕੜ? ਇਹ ਪਿਛੋਕੜ ਵੀਰੇ ਆਪਾਂ ਦਿੱਲੀ ਲਿਆਂਦੀ ਸੀ ਇਹ ਘੋੜੀ। ਛੱਬੀ ਜਨਵਰੀ ਨੂੰ ਤਾਂ ਮੰਨ ਲਾ ਬਾਈ ਉੱਥੇ ਟਰੈਕਟਰ ਰੈਲੀ ਕੱਢੀ ਆ, ਧਰਨੇ ਚ ਬਾਈ ਕਿਵੇਂ ਸਬੱਬ ਬਣ ਗਿਆ ਘੋੜੀ ਵਾਲਾ? ਇਹ ਵੀਰੇ ਤੁਹਾਨੂੰ ਪਤਾ ਜਿਹੜਾ ਬੰਦਾ ਸ਼ੌਂਕ ਘੋੜੀਆਂ ਦਾ ਰੱਖਦਾ ਨਾ, ਉਹ ਕਿਤੇ ਵੀ ਘੋੜੀ ਹੋਵੇ ਛੱਡਦਾ ਨਹੀਂ ਉੱਥੇ। ਦੇਖਣੀ ਚਲੋ, ਲੈਣੀ ਤਾਂ ਅਲੱਗ ਚੀਜ਼ ਹੈ, ਦੇਖਣ ਬੰਦਾ ਹਰ ਇੱਕ ਜਿਹੜਾ ਬੰਦੇ ਨੂੰ ਸ਼ੌਂਕ ਹੈ, ਜੇ ਨਹੀਂ ਵੀ ਰੱਖੀਆਂ ਘੋੜੀਆਂ ਤਾਂ ਵੀ, ਜੇ ਰੱਖੀਆਂ ਹੋਈਆਂ ਉਹਨਾਂ ਨੇ ਤਾਂ ਵੀ ਉਹ ਜਾਂਦੇ ਜਾਂਦੇ ਲਾਲਚ ਇੰਨਾ ਭੜਾ। ਹਾਂਜੀ ਹਾਂਜੀ, ਘੋੜੀਆਂ ਵਾਲਾ ਹਨਾ ਬਾਈ। ਤੇ ਉੱਥੋਂ ਬਾਈ ਫਿਰ ਲੈ ਕੇ ਕਿਵੇਂ, ਕਿ ਟਰੈਕਟਰ ਤੇ ਜਿਹੜੇ ਤੇ ਗਏ ਸੀਗੇ? ਨਹੀਂ ਨਹੀਂ ਵੀਰੇ, ਟਰੈਕਟਰ ਤੇ ਲਿਆਏ, ਗੱਡੀ ਕਰਾ ਕੇ ਲਿਆਏ ਸੀ ਉੱਥੋਂ। ਅੱਛਾ ਬਾਈ। ਹਾਂਜੀ। ਤੇ ਇਹ ਘੋੜੀ ਵੈਸੇ ਵੀਰੇ ਗੱਭਣ ਹੈ ਹੁਣ। ਤਿੰਨ ਮਹੀਨੇ ਰਹਿ ਗਏ ਬਬਲੀ ਆ, ਇਹਦੀ ਕੋਈ ਬਲੱਡ ਲਾਈਨ ਵਗੈਰਾ ਕਨਫਰਮ ਹੈਗੀ ਆ? ਇਹਦੀ ਵੀਰੇ ਡੋਡਾ ਵਾਲੇ ਵਾਲੀ ਦੀ ਇਹ। ਬਲਜਿੰਦਰ ਸ਼ੌਂਕ ਦੀ ਘੋੜੀਆਂ ਵਾਲੇ ਦੀ, ਇਹ ਤੁਹਾਨੂੰ ਕਿਵੇਂ ਪਿਆ? ਪਤਾ ਇਹ ਤਾਂ ਆਪਣੇ, ਤੁਸੀਂ ਐ ਮੰਨ ਲਓ ਵੀ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਸ਼ੌਂਕ ਹੈ ਨਾ,
ਇਹ ਆਪਣੇ ਸਾਡੇ ਦਾਦੇ ਹਰੀ ਵੀ ਰੱਖਦੇ ਰਹੇ ਨੇ ਅੱਗੋਂ ਡੈਡੀ ਹਰੀ ਚਾਚੇ ਹਰੀ ਅੱਗੋਂ ਇਹ ਵੀ ਰੱਖਦੇ ਰਹੇ ਨੇ ਅੱਗੋਂ ਅਸੀਂ ਵੀ ਆਪਣੀ ਤੀਜੀ ਪੀੜ੍ਹੀ ਆ ਗਈ ਅੱਛਾ ਬਾਈ ਤੀਜੀ ਪੀੜ੍ਹੀ ਤੇ ਜਦੋਂ ਤੁਸੀਂ ਬਾਈ ਜਿਹੜੀ ਪਹਿਲੀ ਕੁੜੀ ਲਈ ਆ ਉਹਦੇ ਬਾਰੇ ਦੱਸੋ ਵੀ ਉਦੋਂ ਕਹਿਰ ਜਿਹਾ ਤੁਹਾਡਾ ਮਤਲਬ ਮਾਹੌਲ ਰਿਹਾ ਉਹਦਾ ਵੀਰੇ ਉਦੋਂ ਮੇਰੀ 17 ਕੁ ਸਾਲ ਦੀ ਉਮਰ ਸੀ ਤੇ ਪਹਿਲੀ ਘੋੜੀ ਆਪਾਂ ਮੇਰੇ ਚਾਚੇ ਹਰਿਆਂ ਨੇ ਦਵਾਈ ਸੀ ਮੈਨੂੰ ਲਹਿਰਾ ਮੰਡੀ ਤੋਂ ਲਹਿਰੇ ਮੰਡੀ ਤੋਂ ਲਈ ਸੀ ਅਸੀਂ 56,000 ਦੀ ਅੱਛਾ ਬਾਈ ਲਹਿਰੇ ਮੰਡੀ ਤੋਂ ਤੇ ਉਦੋਂ ਵੀਰੇ ਮੈਂ ਨਿਆਣ ਸੀ ਥੋੜਾ ਚੜ੍ਹਨ ਦਾ ਸ਼ੌਂਕ ਵੱਧ ਰੱਖਦਾ ਸੀ ਅੱਛਾ ਬਾਈ ਚੜ੍ਹਨ ਦਾ ਸ਼ੌਂਕ ਸੀ ਹਾਂਜੀ ਤੇ 7-7.5 ਮਹੀਨੇ ਦੀ ਗੱਭਣ ਸੀ ਘੋੜੀ ਨੌਲੇਜ ਹੈ ਨਹੀਂ ਸੀ ਇੰਨੀ ਤੁਹਾਨੂੰ ਐਵੇਂ ਝੂਠ ਮਾਰੀ ਜਾਵਾਂ ਤੇ ਕੋਈ ਨੌਲੇਜ ਨਹੀਂ ਸੀ ਹੈਗੀ ਇੱਕ ਤੈਨੂੰ ਟੈਟਨੈਸ ਦਾ ਨਹੀਂ ਟੀਕਾ ਲੱਗਿਆ ਹੋਇਆ ਅੱਛਾ ਬਾਈ ਧੁਣਖਾਲਾ ਹਾਂਜੀ ਧੁਣਖਾਲਾ ਸੁਣ ਤੋਂ ਪਹਿਲਾਂ ਹਾਂਜੀ ਹਾਂਜੀ ਤੇ 9 ਕੁ ਮਹੀਨੇ ਦੀ ਗੱਭਣ ਸੀ ਉਹ ਫਲ ਸਿੱਟ ਗਈ ਵੀਰੇ ਅੱਛਾ ਬਾਈ ਤੇ ਉਦੋਂ ਬਾਅਦ ਫਿਰ ਉਹ ਘੋੜੀ ਵੇਚਤੀ ਉਸ ਕਰਕੇ ਉਦੋਂ ਬਾਅਦ ਚ ਅਸੀਂ ਥੋੜਾ ਜਿਹਾ ਸ਼ੌਂਕ ਘੋੜੀਆਂ ਦਾ ਘਟ ਗਿਆ ਸੀਗਾ ਤੇ ਹੁਣ ਆਪਣੇ ਕੋਲ ਇਹ 17 ਮਾਰਚ ਦੀ ਆਈ ਹੋਈ ਆ ਕਾਲੀ ਘੋੜੀ ਨੇ ਅੰਗਾਂ ਤੋਂ ਲਿਆਂਦੀ ਸੀ ਅਸੀਂ ਅੱਛਾ ਬਾਈ ਤੇ ਬਹੁਤ ਮੰਦੀ ਹਾਲਤ ਚ ਸੀ ਇਹ ਤੁਹਾਨੂੰ ਫੋਟੋ ਵੀ ਦਿਖਾਈ ਸੀ ਮੈਂ ਤੇ ਇਹ ਫਿਰ ਆਪ ਨਹੀਂ ਤਿਆਰ ਕੀਤੀ ਬਾਈ ਤੁਸੀਂ ਇਹ ਹਾਂ ਮੇਰੇ ਆਪ ਤਿਆਰ ਕਰੀਏ ਤਾਂ ਜਦੋਂ ਜਿਵੇਂ ਆਪਾਂ ਫੋਟੋ ਚਲੋ ਆਪਣੇ ਮਿੱਤਰ ਪਿਆਰਿਆਂ ਨੂੰ ਵੀ ਦਿਖਾਵਾਂਗੇ ਹਾਂਜੀ ਹਾਂਜੀ ਜਦੋਂ ਫੋਟੋ ਚ ਦੇਖਦੇ ਆ ਬਾਈ ਤਾਂ ਪੈਰ ਪੂਰ ਸੁੱਜੇ ਪਏ ਆ ਛਿੱਲੀ ਪਈ ਆ ਬਹੁਤ ਮੰਦਾ ਹਾਲ ਸੀ ਵੀਰੇ ਇਹਦਾ ਹਾਂਜੀ ਤੇ ਉਦੋਂ ਬਾਅਦ ਫਿਰ ਇਹ ਆਪਣੇ ਜਿਹੜੀ ਆ ਪਿੱਛੇ ਕਾਲੀ ਖੜੀ ਕੁੜੀ ਖੜੀ ਆ ਹੁਣ ਤਾਂ ਪਛਾਣ ਚ ਨਹੀਂ ਆਉਂਦੀਆਂ ਲੱਗਦੀ ਨਹੀਂ ਬਈ ਉਦੋਂ ਮੇਰੇ ਇਹ 4 ਦੰਦ ਸੀ ਤੇ 4 ਦੰਦ ਸੀ ਉਦੋਂ ਕੋਈ ਇੰਨਾ ਹੈ ਨਹੀਂ ਸ਼ੌਂਕ ਲੋਕਾਂ ਨੂੰ ਘੋੜੀਆਂ ਦਾ ਆਪਣੇ ਏਰੀਏ 'ਚ ਥੋੜਾ ਘੱਟ ਸੀਗਾ ਊਂ ਤਾਂ ਵੈਸੇ ਤਾਂ ਬਹੁਤ ਸੀਗਾ ਆਪਣੇ ਥੋੜਾ ਏਰੀਏ 'ਚ ਘੱਟ ਸੀ ਆਪਣੇ ਤੁਹਾਨੂੰ ਵੀ ਪਤਾ ਵੀ ਆਪਣੇ ਪਰਿਵਾਰ 'ਚ ਤਾਂ ਹੈਗਾ ਸ਼ੌਂਕ ਊਂ ਵੀ ਇੱਧਰਲੇ ਏਰੀਏ 'ਚ ਘੋੜੀਆਂ ਲੋਕ ਹੁਣ ਤਾਂ ਬਹੁਤ ਰੱਖਣ ਲੱਗ ਗਏ ਥੋੜਾ ਜਿਹਾ ਆਪਣੇ ਕਹਾਵਤ ਬਣੀ ਹੋਈ ਹੈ ਵੀ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਿਆ ਲਿੱਦ ਸੁੱਟਣੀ ਪਈ ਲਿੱਦ ਸੁੱਟਣੀ ਇਹ ਸਿਸਟਮ ਵੀ ਆਪਣੇ ਤੁਹਾਨੂੰ ਪਤਾ ਕਹਾਵਤਾਂ ਹੈਗੀਆਂ ਨੇਗੀਆਂ ਬਣੀਆਂ ਹੋਈਆਂ ਨੇ ਪਰ ਵੈਸੇ ਜਿਹੜਾ ਘੋੜੀਆਂ ਦਾ ਸ਼ੌਂਕ ਹੈ ਬਹੁਤ ਵਧੀਆ ਸ਼ੌਂਕ ਹੈ ਵੀਰੇ ਇੱਕ ਤਾਂ ਨਸ਼ੇ ਪੱਤੇ ਤੋਂ ਬੰਦਾ ਇੱਕ ਮਾੜੀ ਸੰਗਤ ਤੋਂ ਬੰਦਾ ਬਚਾ ਰਹਿੰਦਾ ਚੰਗੀ ਚੀਜ਼ ਆ ਬਾਈ ਬੰਦਾ ਲਾਲਚ ਲੱਗੇ ਰਹਿੰਦਾ ਸਾਰਾ ਦਿਨ ਜਾਨਵਰਾਂ 'ਚ ਰਹੂਗਾ ਨਸ਼ੇ ਪੱਤੇ ਤੋਂ ਤਾਂ ਆਟੋਮੈਟਿਕਲੀ ਦੂਰ ਰਹੂਗਾ ਹਾਂਜੀ 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 ਵੀਰੇ ਤੇ ਦੂਜੀ ਗੱਲ ਬਾਈ ਬਲਜਿੰਦਰ ਮੰਨ ਲਓ ਤੁਸੀਂ ਉਦੋਂ ਘੋੜੀ ਲਿਆਂਦੀ ਹਾਂਜੀ ਹਾਂਜੀ ਆਹਾ ਦੱਸਿਆ ਜਿਵੇਂ ਹਾਂਜੀ ਹਾਂਜੀ ਕਾਲੀ ਘੋੜੀ ਆਪਣੇ ਨੁਗਰੀ ਬਿਸ਼ੇਰੀ ਹੈ ਜਿਹੜੀ ਮਗਰ ਹਾਂਜੀ ਵੀਰੇ ਤੇ ਉਦੋਂ ਇਹ ਲੱਸੀ ਬਹੁਤ ਸੀ ਤੇ ਲੋਕਾਂ ਦਾ ਰਿਸਪੌਂਸ ਕਿਹੋ ਜਿਹਾ ਸੀ ਵੀ ਕਹਿ ਨਹੀਂ ਕਿਸੇ ਨੇ ਵੀ ਆਹ ਕੀ ਲਿਆਂਦਾ ਵੀਰੇ ਲਿਆਂਦਾ ਕਿ ਅਸੀਂ ਤੁਹਾਨੂੰ ਸਹੀ ਗੱਲ ਦੱਸਾਂ ਮੈਨੂੰ ਘਰੋਂ ਬਾਹਰ ਹੀ ਨਹੀਂ ਕੱਢਿਆ ਅੱਛਾ ਬਾਈ 2 ਮਹੀਨੇ ਦਾ ਉਹ ਕਹਿੰਦੇ ਹੁੰਦੇ ਹਨੇਰੇ ਕਮਰੇ 'ਚ ਬੰਦ ਕਰ ਹਨੇਰੇ ਕਮਰੇ 'ਚ ਰਾਤ ਨੂੰ ਲਿਆਉਣ ਵਾਲਾ ਕੰਮ ਸੀ ਇੱਕ ਵੀਡੀਓ ਪਾਈ ਸੀ ਨਾ ਤੁਸੀਂ ਵੀ ਅਸੀਂ ਰਾਤ ਨੂੰ ਲਿਆਂਦੀ ਘੋੜੀ ਉਹੀ ਕੰਮ ਸੀ ਇਹਦਾ ਅੱਛਾ ਜੀ ਰਾਤ ਨੂੰ ਲਿਆਂਦੀ ਸੀ ਝੇਡਾਂ ਹੀ ਕਰਦੇ ਸੀ ਲੋਕ ਘੋੜੀ ਤਾਂ ਕਹਿੰਦੇ ਨਹੀਂ ਸੀ ਕੋਈ ਇਹਨੂੰ ਅੱਛਾ ਜੀ ਬਹੁਤ ਮੰਦਾ ਹਾਲ ਸੀ ਇਹਦਾ ਸੱਟਾਂ ਸੁੱਟਾਂ ਵੱਜੀਆਂ ਹੋਈਆਂ ਗੋਡੇ ਗਿੱਟੇ ਸਾਰੇ ਛਲਾਏ ਹੋਏ ਸੀ ਇਹਨੇ ਮਾਰ ਮਾਰ ਕੇ ਲੱਤਾਂ ਅੱਛਾ ਬਾਈ ਤੇ ਕੁਛ ਵਿਚਾਰੀ ਨੂੰ ਹੈ ਨਹੀਂ ਸੀ ਆਪਣੇ ਨਿਹੰਗਾਂ ਤੋਂ ਆਈ ਹੋਈ ਇਹ ਇੱਥੇ ਆਪਣੇ ਹਾਂਜੀ ਇੱਥੇ ਨੇੜੇ ਬਾਹਮਣ ਵਾਲੇ ਆਪਣੇ ਤੋਂ 12-13 ਕਿਲੋਮੀਟਰ ਉਹ ਨਿਹੰਗ ਸਿੰਘ ਲਿਆਇਆ ਸੀ ਅੱਗੋਂ ਅੱਛਾ ਬਾਈ ਤੇ ਉਹਦੇ ਉਦੋਂ ਅਸੀਂ ਕੁਦਰਤੀ ਆਪਣੇ ਕੋਲੇ ਲਿਆ ਮੇਰੇ ਚਾਚੇ ਦੀ ਨਾਲ ਵਾਗੇ ਲਿਆ ਕੇ ਮੁੜ ਕੇ ਘੋੜੀ ਦੀ ਸੇਵਾ ਕਰੀ ਤਾਂ ਬਾਬੇ ਨਾਨਕ ਦੀ ਮਿਹਰ ਨਾਲ ਇੱਕ ਆਪਾਂ ਪਹਿਲਾਂ ਵਿਛੇਰੀ ਇਹਦੀ ਵੇਚ ਲਈ ਵੀਰੇ 65,000 ਦੀ ਅੱਛਾ ਬਾਈ ਤੇ ਆ ਹੁਣ ਬੱਚੀ ਮਗਰ ਇਹਦੇ ਬਾਕਰਪੁਰ ਵਾਲੇ ਨੂਰੇ ਦੀ ਬਹੁਤ ਬਈ ਸਿਆਣੇ ਬੰਦਿਆਂ ਦਾ ਕਹਿਣਾ ਕਹਿੰਦੇ ਵੀ ਘੋੜੀ ਆਪਾਂ ਰੱਖ ਲਈ ਹਾਂਜੀ ਚਾਹੇ ਉਹ ਵਪਾਰਕ ਕੰਮ ਵਾਸਤੇ ਰੱਖਦੇ ਆਪਾਂ ਚਾਹੇ ਉਹ ਸ਼ੌਂਕ ਵਾਸਤੇ ਰੱਖਦੇ ਆ ਪਰ ਜਿਹੜੀ ਘੋੜੀਆਂ ਦੀ ਘੋੜੀ ਦੀ ਸੇਵਾ ਗਈ ਬੰਦੇ ਨੂੰ ਕਿਤੇ ਨਾ ਕਿਤੇ ਤਾਰ ਜਾਂਦੀ ਹਾਂਜੀ ਹਾਂਜੀ ਤੇ ਉਹ ਮੈਂ ਤੁਹਾਡੇ ਤੋਂ ਬਾਈ ਉਹੀ ਚੀਜ਼ ਦਾ ਰਿਸਪੌਂਸ ਲੈਣਾ ਚਾਹੁੰਦਾ ਵੀ ਪਹਿਲਾਂ ਘੋੜੀਆਂ ਤੋਂ ਰੱਖਣ ਤੋਂ ਹਾਲਾਤ ਕੋਈ ਸੁਧਾਰ ਹੋਇਆ ਫਰਕ ਪੈਂਦਾ ਇਹ ਚੀਜ਼ ਦਾ ਬਾਈ ਪ੍ਰਭਾਵ ਪੈਂਦਾ ਵੀਰੇ ਦਿਨ ਰਾਤ ਦਾ ਫਰਕ ਪਰਿਵਾਰ ਦੇ ਆਪਣੇ ਬਹੁਤ ਜ਼ਿਆਦਾ ਫਰਕ ਹੈ ਵੀਰੇ ਕਿਉਂਕਿ ਦਸਮ ਪਿਤਾ ਦੀ ਸਵਾਰੀ ਆ ਬਾਈ ਉਹ ਚੀਜ਼ ਮੈਂ ਬਹੁਤ ਲੋਕਾਂ ਤੋਂ ਸੁਣਿਆ ਦੋਸਤੋ ਵੀ ਜਦੋਂ ਬੰਦਾ ਘੋੜੀ ਰੱਖਦਾ ਤਾਂ ਉਹ ਪਹਿਲਾਂ ਵਾਲੇ ਹਾਲਾਤਾਂ ਨਾਲੋਂ ਘਰ ਦੇ ਹਾਲਾਤ ਬਦਲ ਜਾਂਦੇ ਆ ਚੰਗੇ ਹੋਣ ਲੱਗ ਜਾਂਦੇ ਆ ਹਨਾ ਹਾਂਜੀ ਹਾਂਜੀ ਤੇ ਹੁਣ ਬਾਈ ਜੀ ਆਪਾਂ ਅੰਕਲ ਜੀ ਹੋਰਾਂ ਦੀ ਗੱਲ ਕਰੀਏ ਅੰਕਲ ਜੀ ਤੁਹਾਨੂੰ ਹੈ ਜੀ ਸ਼ੌਂਕ ਘੋੜੀਆਂ ਵਗੈਰਾ ਦਾ ਪੁਰਾਣਾ ਦੇਖੋ ਜੀ ਮੈਂ ਤਾਂ ਹੁਣ ਇਹਦੇ ਵਿੱਚ ਸਿਆਸਤ ਸਾਡੇ ਦਾਦੇ ਪੜਦਾਦੇ ਰੱਖਦੇ ਰਹੇ ਨੇ ਸਾਡੇ ਬਜ਼ੁਰਗ ਸ਼ੌਂਕ ਮੈਨੂੰ ਵੀ ਹੈ ਤੇ ਸਵਾਰੀ ਵਗੈਰਾ ਬਾਬਾ ਜੀ ਕਰ ਲੈਂਦੇ ਹਾਂ ਸਵਾਰੀ ਕਰ ਲੈਂਦੇ ਅਸੀਂ ਤੇ ਤੁਸੀਂ ਬਾਈ ਬਲਜਿੰਦਰ ਰਾਈਡ ਵਗੈਰਾ ਫਿਰ ਕਰਦੇ ਹੋ ਇਹਨਾਂ ਤੇ ਹਾਂ ਵੀਰੇ ਚੜ੍ਹਦੇ ਰਹਿੰਦੇ ਘੋੜੀਆਂ ਤੇ ਅਸੀਂ ਆ ਥੋੜਾ ਗੱਭਣ ਕਰਕੇ ਹੁਣ ਛੱਡਿਆ ਹੋਇਆ ਚੜ੍ਹਨਾ ਤੇ ਵੈਸੇ ਵੀਰੇ ਇੱਕ ਤੈਨੂੰ ਹੋਰ ਵੀ ਕਹਾਵਤ ਦੱਸ ਦਿੰਦਾ ਮੈਂ ਹੁਣ ਵੈਸੇ ਤਾਂ ਕਹਾਵਤ ਤਾਂ ਹੈ ਨਹੀਂ ਆਪਣਾ ਜਿਹੜਾ ਪ੍ਰੈਕਟੀਕਲ ਕਰਿਆ ਹੋਵੇ ਨਾ ਬੰਦੇ ਨੇ ਉਹਦਾ ਫਰਕ ਪੈਂਦਾ ਇੱਕ ਤਾਂ ਸੁਣੀ ਗੱਲ ਹੁੰਦੀ ਹੈ ਇਹ ਮੇਰਾ ਪ੍ਰੈਕਟੀਕਲ ਕਰਿਆ ਹੋਇਆ ਵੀਰੇ ਮੈਨੂੰ ਡਿਸਕ ਦੀ ਪ੍ਰੋਬਲਮ ਸੀ ਅੱਛਾ ਬਾਈ ਟੂਈ ਦੀ ਇਹ ਜਦੋਂ ਆਪਾਂ ਘੋੜੀ ਦੇ ਉੱਤੇ ਚੜ੍ਹਦੇ ਆ ਜਿਹੜੇ ਮਣਕੇ ਆਪਣੇ ਉਰਾਂ ਪਰਾਂ ਹੋਏ ਹੁੰਦੇ ਨੇ ਜਦੋਂ ਘੋੜੀ ਤੇ ਚੜ੍ਹਨ ਨਾਲ ਬਹੁਤ ਫਰਕ ਸਹੀ ਹੋ ਜਾਂਦੇ ਨੇ
ਵੀ ਜਿਆਦੀ ਤਾਂ ਨਾ ਹੋਵੇ। ਕਈ ਵਾਰੀ ਬੰਦਾ ਮੰਜੀ ਤੇ ਪਿਆ, ਅਗਲਾ ਕੱਲ ਨੂੰ ਆਖਦੇ ਵੀਡੀਓ ਦੇ ਵਿੱਚ ਚੱਕ ਹੀ ਜਾਂਦੇ ਨੇ ਵੀ ਮੇਰੇ ਕੱਲ ਨੂੰ ਮੰਜੀ ਤੇ ਪਿਆ ਹੋਵੇ ਬੰਦਾ, ਅਗਲਾ ਆਖਦੇ ਵੀ ਮੈਨੂੰ ਕਹਿਤਾ। ਦੇਖੋ ਜਿਹੜਾ ਆਪਾਂ ਪ੍ਰੈਕਟੀਕਲ ਕਰਿਆ ਹੋਇਆ, ਜਿਹਨੂੰ ਮਾੜੀ ਮੋਟੀ ਪ੍ਰੋਬਲਮ ਹੈ, ਤੁਸੀਂ ਐ ਮੰਨ ਲਓ ਵੀ 100 ਦੇ ਵਿੱਚੋਂ ਜੇ 20% ਪ੍ਰੋਬਲਮ ਹੈਗੀ ਹੈ ਡਿਸਕ ਦੀ ਜਾਂ ਮਣ ਕੇ ਆਪਣੇ ਉਰਾਂ ਪਰਾਂ ਨੇ ਤਾਂ ਘੋੜੀ ਤੇ ਬੰਦਾ ਚੜਦਾ ਜਮਾ ਸੈੱਟ ਹੋ ਜਾਂਦਾ ਆਪਾਂ ਕਹਿੰਦੇ ਨੇ ਮਣ ਕੇ ਬੈਠ। ਹਾਂ ਹਾਂ ਵੀਰੇ, ਤੇ ਉਹ ਤੁਹਾਨੂੰ ਸੀਗੀ ਪ੍ਰੋਬਲਮ? ਹਾਂ ਹਾਂ ਵੀਰੇ ਮੈਨੂੰ ਹੈਗੀ ਸੀ ਪ੍ਰੋਬਲਮ, ਘੋੜੀ ਦੇ ਬੈਠਣ ਨਾਲ ਸੈੱਟ ਹੋ, ਬਹੁਤ ਫਰਕ ਹੈ ਵੀਰੇ ਮੈਨੂੰ। ਉਹ ਕਿਸੇ ਭਰਾ ਨੇ ਕਿਹਾ ਵੀ ਆ ਬਈ ਪਹਿਲਾਂ ਰਜਿੰਦਰ ਕਹਿੰਦਾ ਜਿਹੜੇ ਬੰਦੇ ਦੀ ਘੋੜੀ ਦੀ ਰੀੜ ਦੀ ਹੱਡੀ ਨਾਲ ਰੀੜ ਦੀ ਹੱਡੀ ਘਸ ਗਈ। ਹਾਂਜੀ ਹਾਂਜੀ, ਘੋੜੀ ਦਵਾ ਕੇ ਲਹਿਰਾ ਮੰਡੀ ਤੋਂ ਲਿਆਏ ਸੀ ਆਪਾਂ, ਤੇ ਘੋੜੀ ਜਦੋਂ ਆਪਣਾ ਥੋੜਾ ਜਦੋਂ ਫਲ ਸਿੱਟ ਗਈ ਘੋੜੀ, ਮੇਰਾ ਮਨ ਐ ਕਰਿਆ ਵੀ ਉਦੋਂ ਬਾਅਦ ਆਪਾਂ ਘੋੜੀ ਲੈਣੀ ਨੀ, ਕਿਉਂ ਉਦੋਂ ਫਿਰ ਟੁੱਟ ਜਾਂਦਾ ਬਾਈ, ਟੁੱਟ ਜਾਂਦਾ ਬੰਦਾ। ਤੇ ਕੁਛ ਦਿਨ ਉਹਦੇ ਤੁਸੀਂ ਐ ਮੰਨ ਲਓ ਵੀਰੇ ਸਵਾ ਕੁ ਮਹੀਨਾ ਰਹਿੰਦਾ ਸੀ ਘੋੜੀ ਦਾ, 10.5 ਮਹੀਨੇ 58-60 ਇੰਚ ਦੀ ਘੋੜੀ ਸੀ, ਤੇ ਸਵਾ ਮਹੀਨਾ 1.5 ਮਹੀਨਾ ਰਹਿੰਦਾ ਸੀ ਤਾਂ ਘੋੜੀ ਦਾ। ਬਾਅਦ ਚ ਜਦੋਂ ਘੋੜੀ ਉਹ ਫਲ ਸਿੱਟ ਗਈ, ਉਦੋਂ ਬਾਅਦ ਚ ਬਸ ਤੁਸੀਂ ਐ ਮੰਨ ਲਓ ਵੀ ਮੈਂ ਵੀ ਘੋੜੀ ਲੈਣੀ ਨੀ ਉਦੋਂ ਬਾਅਦ ਚ। ਅੱਛਾ ਬਾਈ, ਉਹ ਬਾਬੇ ਨਾਨਕ ਨੇ ਇਹੋ ਜਿਹੀ ਕਿਰਪਾ ਕਰੀ, ਜਿਹੜਾ ਬੰਦਾ ਤੁਹਾਨੂੰ ਪਤਾ ਵੀ ਜਿਹੜੇ ਬੰਦੇ ਨੂੰ ਸ਼ੌਂਕ ਹੈ ਉਹ ਬੰਦਾ ਕਾਹਨੂੰ ਟਲਦਾ ਘੋੜੀ ਰੱਖਣ ਨੂੰ। ਆਹ ਫਿਰ ਉਦੋਂ ਬਾਅਦ ਚ ਇਹ ਘੋੜੀ ਲਿਆਈ ਸੀ ਆਪਾਂ। ਬਲਜਿੰਦਰ ਬਾਈ, ਜਿਵੇਂ ਹੁਣ ਦੇਖਿਆ ਆਪਾਂ ਜ਼ਿਆਦਾ ਪ੍ਰੈਫਰ ਕਰਦੇ ਵੀ ਜਿਹੜੇ ਬੰਦਿਆਂ ਨੂੰ ਆਪਦੇ ਦਿਲੋਂ ਸ਼ੌਂਕ ਆ, ਜਿਵੇਂ ਤੁਹਾਨੂੰ ਸ਼ੌਂਕ ਆ ਘੋੜੀਆਂ ਦਾ, ਤਾਂ ਅੱਗੇ ਬਈ ਕੋਈ ਘੋੜਾ ਵਗੈਰਾ ਤਿਆਰ ਕਰਨ ਦਾ ਵਿਚਾਰ ਬਣਾਇਆ, ਸੋਚਿਆ ਵੀ ਅੱਗੇ ਆਪਾਂ ਵੀ ਸਟਾਲੀਅਨ ਰੱਖਾਂਗੇ ਵੀਰੇ? ਅੱਜਕੱਲ ਸਟਾਲੀਅਨ ਦਾ ਬਹੁਤ ਚੱਲਦਾ ਵੀ, ਹਰੇਕ ਘੋੜੇ ਕੰਨੀ ਹੋ ਰਿਹਾ ਹਨਾ। ਵੈਸੇ ਵੀਰੇ ਕਰਿਆ ਤਾਂ ਹਜੇ ਦੇਖੋ ਹੈ ਨਹੀਂ ਆਪਾਂ, ਪਰ ਜੇ ਆਪਣੀ ਘੋੜੀ ਨੇ ਕੋਈ ਬੱਚਾ ਇਹਨੇ ਨੌਕਰੀ ਨੇ ਚੰਗਾ ਬੱਚਾ ਚੰਗਾ, ਇਹ ਪ੍ਰਤਾਪ ਘੋੜੇ ਤੋਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਵੀ ਅੰਗਰੇਜ਼ ਵਾਲੇ ਪ੍ਰਤਾਪ ਘੋੜੇ ਤੋਂ ਜਿਹੜਾ ਲੱਕੜ ਵਾਲੇ ਪ੍ਰਤਾਪ ਘੋੜਾ ਹੈ ਉਹ ਤੋਂ ਗੱਬਣਾ, ਜੇ ਵਛੇਰਾ ਆ ਗਿਆ ਤਾਂ ਜ਼ਰੂਰ ਬਾਬੇ ਨਾਨਕ ਦੀ ਜੇ ਮਿਹਰ ਹੋਈ ਤਾਂ ਜ਼ਰੂਰ ਤਿਆਰ ਕਰਾਂਗੇ ਆਪਾਂ। ਅਤੇ ਜੇ ਦੇਖੀਏ ਬਈ ਬਲਜਿੰਦਰ ਆਪਾਂ ਧੰਦੇ ਦੇ ਤੌਰ 'ਤੇ ਇਹਨੂੰ, ਕਿਉਂਕਿ ਬਹੁਤ ਭਰਾ ਸ਼ੌਂਕ ਨੂੰ ਅੱਜ ਕੱਲ੍ਹ ਨਵੇਂ ਮੁੰਡੇ ਬਹੁਤ ਘੋੜੀਆਂ ਵਾਲੇ ਪਾਸੇ ਪੈ ਰਹੇ ਆ। ਹਾਂਜੀ ਹਾਂਜੀ, ਤਾਂ ਬਈ ਇਹ ਇੱਕ ਮੇਲਾ ਇਹ ਬੰਦ ਧੰਦਾ ਹੈਗਾ ਇੱਕ ਕਮਾਈ ਵਾਲਾ ਆਪਾਂ ਕਹਿ ਸਕਦੇ ਨੇ ਵੀਰੇ। ਪਤਾ ਕੀ ਸਿਸਟਮ ਹੈ, ਜਿਹੜੇ ਬੰਦੇ ਨੇ ਇਹ ਰੱਖ ਲਈਆਂ, ਨੰਬਰ 1 ਤੁਹਾਨੂੰ ਇਹ ਘਾਟਾ ਪੈਣ ਹੀ ਨਹੀਂ ਦਿੰਦੀਆਂ ਕਿਸੇ ਚੀਜ਼ ਦਾ। ਦੇਖੋ ਫਸਲ ਹੈ ਆਪਣੀ ਬਾਬੇ ਨਾਨਕ ਦੀ ਮਿਹਰ ਨਾਲ, ਸੱਚੇ ਸਤਿਗੁਰੂ ਦੀ ਕਿਰਪਾ ਨਾਲ ਉਹ ਦੁੱਗਣੀ ਬਰਕਤ ਪੈ ਜਾਂਦੀ ਹੈ ਫਸਲ 'ਚ। ਹਾਂ ਬਾਈ, ਅਤੇ ਬਾਈ ਗੱਲ ਕਰੀਏ ਆਪਣੇ ਤੁਹਾਡੇ ਛੋਟੇ ਬ੍ਰਦਰ ਆ ਹਨਾ? ਹਾਂਜੀ, ਕੀ ਨਾਮ ਆ ਬਾਈ ਦਾ? ਇਹਦਾ ਨਾਮ ਵੀਰੇ ਹਰਜਿੰਦਰ ਸਿੰਘ। ਹਰਜਿੰਦਰ ਬਾਈ, ਹਰਜਿੰਦਰ ਤੁਹਾਨੂੰ ਵੀ ਫਿਰ ਇੰਨੇ ਸ਼ੌਂਕ ਆ ਘੋੜੀਆਂ ਦਾ ਬਾਈ ਜਿੰਨੇ? ਹਾਂਜੀ ਹਾਂਜੀ ਵੀਰੇ, ਪੂਰਾ ਸ਼ੌਂਕ ਆਪਾਂ ਨੂੰ। ਅਤੇ ਸਵਾਰੀ ਸਵੂਰੀ ਬਾਈ ਕਰਦੇ ਹੋ ਫਿਰ? ਹਾਂਜੀ ਵਗੈਰਾ ਸਵਾਰੀ ਆਪਾਂ ਕਰ ਲਈ ਦੇ ਵੀਰੇ। ਕਿ ਦੋਨੇ ਭਾਈਆਂ ਨੇ ਆਪਦੀ ਆਪਦੀ ਰੱਖ ਰੱਖੀ ਹੈ? ਨਹੀਂ 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 ਵੀਰੇ, ਇਕੱਠੇ ਹੀ ਆ ਸਭ ਕੁਛ ਹਲੇ ਤੇ। ਠੀਕ ਆ ਬਾਈ ਹਣਾ। ਹਾਂਜੀ, ਵੈਸੇ ਬਹੁਤ ਵਧੀਆ ਲੱਗਿਆ ਜਿਵੇਂ ਬਾਈ ਨੇ ਪਹਿਲਾਂ ਦੱਸਦਾ ਸੀਗਾ ਆਪਾਂ ਮਾਂ ਦਾ ਬੈਠੇ ਗੱਲਾਂ ਕਰਦੇ ਸੀ ਅੰਦਰ ਵੀ ਇਹ ਸਾਡਾ ਪਰਿਵਾਰ ਵੀ ਕਾਫੀ ਵੱਡਾ ਹਨਾ। ਹਾਂਜੀ ਭਾਈ ਦੱਸੇ ਸੀ ਬਾਈ ਤੁਸੀਂ ਤੁਹਾਡੇ ਡੈਡੀ? ਹਾਂਜੀ, ਕਾਫੀ ਵੱਡਾ ਪਰਿਵਾਰ ਆ ਸਹਿਜਾਰ ਬਾਈ, ਘਰਾਂ 'ਚ ਆਪਸ ਮੇ ਹੋਣਾ ਬਹੁਤ। ਸਹੀ ਗੱਲ ਹੈ ਵੀਰੇ, ਸਹੀ ਗੱਲ ਹੈ। ਤੇ ਦੂਜੇ ਭਰਾਵਾਂ ਨੇ ਫਿਰ ਅੱਧੇ ਵਿੱਚ ਅੱਧਿਆਂ ਨੇ ਮੰਨ ਲਓ ਛੱਡਤਾ ਸੀ, ਤੇ ਅੱਧੇ ਕੋਲੇ ਹਾਲੇ ਵੀ ਹੈਗੇ ਆ? ਹਾਂਜੀ, ਅੱਧਿਆਂ ਕੋਲੇ ਹਾਲੇ ਵੀ ਮੇਰੇ ਚਾਚੇ ਤਾਇਆਂ ਕੋਲੇ, ਸਾਰਿਆਂ ਕੋਲੇ ਨੇ। ਇਹ ਆਇਆ ਬ੍ਰਦਰ ਮੇਰਾ ਚਾਚੇ ਦਾ ਮੁੰਡਾ, ਇਹਨਾਂ ਕੋਲੇ ਵੀ 2-3 ਘੋੜੀਆਂ ਨੇ ਹੁਣ ਵੀ। ਅੱਛਾ ਬਾਈ, ਇਹਨਾਂ ਨੂੰ ਪੂਰਾ ਸ਼ੌਂਕ ਹੈ। ਤੇ ਬਲਜਿੰਦਰ ਬਾਈ ਕੋਈ ਘੋੜੀਆਂ ਨਾਲ ਜਾਤ ਜੁੜੀ ਹੋਵੇ, ਕੋਈ ਸੱਟਾਂ ਖਾਧੀਆਂ ਹੁਣ, ਕੋਈ ਮੂੰਹ ਪ੍ਰੇਮ ਵਾਲੀ ਜਾਦੇ? ਬਹੁਤ 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 ਵੀਰੇ, ਇਹਨਾਂ ਨਾਲ ਜਿੱਦਾਂ ਦੀਆਂ ਘੋੜੀਆਂ ਰੱਖੀਆਂ ਨੇ ਜਾਤਾਂ ਤਾਂ ਉਦੋਂ ਹੀ ਸ਼ੁਰੂ ਹੋ ਜਾਂਦੀਆਂ ਨੇ ਬੰਦੇ ਦੀਆਂ। ਅੱਛਾ ਬਾਈ, ਜਿੱਦਾਂ ਆਪਾਂ ਰੱਖ ਲਈਆਂ ਨਾ ਘੋੜੀ, ਜਿੱਦਾਂ ਆਪਣੇ ਘਰੇ ਆ ਗਈ ਯਾਦਾਂ, ਉਸੇ ਦਿਨ ਤੋਂ ਸ਼ੁਰੂ ਨੇ ਆਪਣੀਆਂ ਘੋੜੀਆਂ ਨਾਲ ਇੱਕ ਪਰਿਵਾਰਕ ਮੈਂਬਰ ਵਾਂਗੂ ਪਵਨ। ਹਾਂ ਹਾਂ ਵੀਰੇ, ਆਪਣੀ ਆਹ 3-2 ਘੋੜੀਆਂ ਤੇ ਆ ਬੱਚੀ ਹੈ। ਅੱਛਾ ਬਾਈ, ਆਪਣੀਆਂ ਕੋਈ ਇਹ ਘੋੜੀਆਂ ਨਹੀਂ ਹੈਗੀਆਂ, ਨਾ ਹੀ ਆਪਾਂ ਇਹਨਾਂ ਨੂੰ ਕਦੇ ਵੀ ਜ਼ਿੰਦਗੀ 'ਚ, ਚਲੋ ਪਰਮਾਤਮਾ ਕੋਈ ਇਹੋ ਜਿਹੀ ਬੰਦੇ ਨੂੰ ਲੋੜ ਨਾ ਪਾ ਦੇ। ਵੈਸੇ ਤਾਂ ਜਿੰਨਾ ਚਿਰ ਰਵਾਂਗੇ ਇਹ ਘੋੜੀਆਂ ਨਹੀਂ, ਆਪਾਂ 3 ਨਹੀਂ ਵੇਚਦੇ, ਵਿੱਚ ਸਣੇ 3 ਬੱਚੀ ਤੇ 2 ਘੋੜੀਆਂ। ਤੇ ਜਾਦਾਂ ਤਾਂ ਵੀਰੇ ਇਹ ਅਸਲੀ ਆਪਣੇ ਪਰਿਵਾਰਕ ਦੇ ਜੀ ਨੇ। ਚਲੋ ਲੋਕ ਕਹਿ ਦਿੰਦੇ ਨੇ ਵੀ ਇਹ ਜਾਨਵਰ ਹੈ, ਇਹ ਡੰਗਰ ਹੈ, ਆਪਣਾ ਆਪਾਂ ਨਹੀਂ ਕਦੇ ਇਹਨਾਂ ਨੂੰ ਨਾ ਜਾਨਵਰ ਸਮਝਿਆ ਤੇ ਨਾ ਹੀ ਆਪਾਂ ਕਦੇ ਡੰਗਰ ਸਮਝਿਆ, ਆਪਣੇ ਤਾਂ ਪਰਿਵਾਰ ਦੇ ਜੀ ਨੇ ਇਹ। ਕਿਉਂਕਿ ਆਹ ਗੱਲ ਬਲਜਿੰਦਰ ਬਾਈ ਬਹੁਤ ਵਧੀਆ ਲੱਗੀ। ਹਾਂਜੀ, ਕਿਉਂ ਵਪਾਰਕ ਠੀਕ ਆ, ਪੈਸੇ ਪਾਸੇ ਆਪਾਂ ਰੱਖਦੇ ਹਾਂ, ਪਰ ਜਿਹੜਾ ਜਾਨਵਰ ਨਾਲ ਮੂੰਹ ਪ੍ਰੇਮ ਆ, ਜਿਵੇਂ ਤੂੰ ਕਿਹਾ ਵੀ ਬਾਈ ਆਪਾਂ ਨਹੀਂ ਵੇਚਦੇ ਇਹ ਘੋੜੀ ਵੀਰੇ, ਜਿਹੜੀ ਆਹ ਆਪਣੀ ਘੋੜੀ ਹੈ ਨਾ, ਆਹ ਪਿੱਛੇ ਆਪਣੀ ਨੌਕਰੀ ਘੋੜੀ ਹੈ, ਨਾ ਇਹਦਾ ਵੈਸੇ ਬਬਲੀ ਹੈਗਾ ਤੇ ਇਹ। ਹਾਂਜੀ ਵੀਰੇ, ਇਹ ਆਪਣਾ ਜਗਰਾਓ ਮੰਡੀ ਤੇ ਇਹਦਾ 5.5 ਲੱਖ ਰੁਪਇਆ ਰੇਟ ਰੱਖਿਆ ਸੀ। ਅੱਛਾ ਬਾਈ, ਤੇ ਜਗਰਾਵਾਂ ਮੰਡੀ ਤੇ ਲੈ ਗਏ ਸੀ ਆਪਾਂ ਇਹਨੂੰ, ਤੇ ਬੰਦਿਆਂ ਨੇ ਤੁਸੀਂ ਐਂ ਮੰਨ ਲਓ ਵੀ 4.5 ਲੱਖ ਰੁਪਇਆ ਜਦੋਂ ਗਈ ਸੀ ਘੋੜੀ, ਇੱਥੇ ਖਾਲੀ ਘੋੜੀ ਸੀ ਇਹ ਆਪਣੇ ਕੋਲੇ, ਉਦੋਂ ਗੱਬਣ ਨਹੀਂ ਸੀ ਹੈਗੀ ਇਹ। ਅੱਛਾ ਬਾਈ,
ਤੇ ਇਹਦਾ ਖਾਲੀ ਘੋੜੀ ਦਾ 4 ਲੱਖ ਤੋਂ 4.5 ਸਾਢੇ ਚਾਰ ਤੋਂ ਮੈਂ ਡੈਡੀ ਨੂੰ ਕਰਿਆ ਫੋਨ, ਉਹ ਕਹਿੰਦੇ ਵੀ ਤੂੰ ਦੇਖ ਲੈ ਵੀ ਤੇਰਾ ਮਨ ਕੀ ਕਹਿੰਦਾ। ਮੈਂ ਮੇਰਾ ਮਨ ਆਇਆ, ਮੈਨੂੰ ਗੁੱਡੀਆਂ ਨੇ ਆਪਣੇ ਦੋ ਮੇਰੇ ਤੇ ਦੋ ਗੁੱਡੀਆਂ ਨੇ, ਗੁੱਡੀਆਂ ਕਹਿੰਦੀਆਂ ਵੀ ਡੈਡੀ ਘੋੜੀ ਵੇਚਣੀ ਨੇ ਆਪਾਂ ਇਹ। ਮੈਂ ਵੀ ਚੱਲ ਨਹੀਂ ਵੇਚਦੇ ਅਸੀਂ। ਜਦੋਂ ਘੋੜੀ ਚੜਾੜੀ ਉਹ ਬੰਦੇ ਕਹਿੰਦੇ ਵੀ ਜੇ ਤੂੰ 5.5 ਮੰਗਦਾ ਤੈਨੂੰ 5.5 ਹੀ ਦੇ ਦਿੰਦੇ ਆ। ਅੱਛਾ ਬਾਈ, ਮੈਂ ਵੀਰੇ ਆਪਾਂ ਘੋੜੀ ਵੇਚਦੇ ਨਹੀਂ ਯਾਰ, ਸੇਲ ਨਹੀਂ ਕਰਦੇ। ਮਨ ਕੀ ਬਦਲ ਗਿਆ, ਗੁੱਡੀਆਂ ਮੇਰੀਆਂ ਕਹਿੰਦੀਆਂ ਡੈਡੀ ਵੇਚਣੀ ਨੀ ਆਪਾਂ ਇਹ। ਅੱਛਾ ਬਾਈ, ਘੋੜੀ ਜਿਵੇਂ ਲੈ ਕੇ ਗਿਆ ਉਵੇਂ ਲੈ ਆ। ਫਿਰ ਵੀਰੇ ਮੋੜ ਲਏ ਸੀ ਆਪਾਂ ਮੰਡੀ ਤੋਂ। ਅੱਛਾ ਬਾਈ, ਤੇ ਆਪਾਂ ਨੂੰ ਵੈਸੇ ਰੁਪਈਏ ਵੀ ਬਹੁਤ ਲੱਗ ਗਏ ਸੀਗੇ, ਪਰ ਵੈਸੇ ਵੀਰੇ ਪਤਾ ਗੱਲ ਕੀ ਹੈ, ਇਹ ਜਿਹੜੀਆਂ ਚੀਜ਼ਾਂ ਨੇ ਰੁਪਈਆਂ ਨਾਲ ਨਹੀਂ ਮਿਲਦੀਆਂ, ਰੁਪਈਆਂ ਦਾ ਤਾਂ ਕਦੇ ਵੀ, ਤੇ ਨਾ ਕਦੇ ਵੀ ਬੰਦੇ ਨੂੰ ਮਨ 'ਚ ਇਹ ਰੱਖਣਾ ਚਾਹੀਦਾ ਵੀ ਮੈਂ ਇਹਨਾਂ ਨੂੰ ਪਤਾ ਨਹੀਂ ਦਾਣੇ ਪਾਉਣਾ ਜਾਂ ਮੈਂ ਇਹਨਾਂ ਦੀ ਸੇਵਾ ਕਰਦਾ, ਇਹ ਆਪਾਂ ਨੇ ਇਹਨਾਂ ਦੀ ਸੇਵਾ ਕਰਦੇ। ਇੱਕ ਤਾਂ ਵੀਰੇ ਕਦੇ ਵੀ ਹੈ ਜ਼ਿੰਦਗੀ 'ਚ ਬੰਦਾ ਹੈ ਜਿਹੜਾ, ਬੰਦਾ ਕੋਈ ਵੀ ਹੈ, ਬੰਦਾ ਹੈ ਚਾਹੇ ਕੋਈ ਵੀ ਹੈ, ਇਨਸਾਨ ਆਪਣੇ ਮੂੰਹ 'ਤੇ ਆਪਣਾ ਹੈਗਾ, ਬਾਅਦ 'ਚ ਕਦੇ ਵੀ ਨਹੀਂ ਆਪਣਾ ਹੈਗਾ। ਉਹ ਇਨਸਾਨ ਆਪਾਂ ਤਾਂ ਉਹਨੂੰ ਹੀ ਮੰਨਦੇ ਹਾਂ ਜਿਹੜਾ ਆਪਣੇ ਮੂੰਹ 'ਤੇ ਵੀ ਆਪਣਾ ਹੈ ਅਤੇ ਬਾਅਦ 'ਚ ਵੀ ਆਪਣਾ ਹੈ, ਤੇ ਪਰ ਇਹ ਆਪਣੇ ਮੂੰਹ 'ਤੇ ਵੀ ਆਪਣੀਆਂ ਨੇ ਅਤੇ ਬਾਅਦ 'ਚ ਵੀ ਆਪਣੀਆਂ ਨੇ। ਜੇ ਕਈ ਵਾਰੀ ਘਰੋਂ ਨਾ, ਕਈ ਵਾਰੀ ਵੀਰੇ ਪਾਣੀ ਲਾ ਕੇ ਆਉਣੇ ਹੁੰਦੇ ਅਸੀਂ ਖੇਤੋਂ, ਤਾਂ ਗੇਟ 'ਚ ਉੱਥੇ ਪਿੱਛੇ ਖੜਿਆ ਹੁੰਦਾ ਮੋਟਰਸਾਈਕਲ, ਇਹਨਾਂ ਨੂੰ ਪਤਾ ਲੱਗ ਜਾਂਦਾ ਜੋ ਗਲੀ 'ਚ ਆਉਂਦਾ ਹੁੰਦਾ, ਹਿਣਕਣ ਲੱਗ ਜਾਂਦੇ ਨੇ ਵੀ ਆ ਗਿਆ ਸਾਡਾ। ਹੁਣ ਵੀਰੇ ਕਈ ਵਾਰੀ ਮੈਂ ਰਾਤ ਨੂੰ ਇੱਥੇ ਕੋਲ ਹੀ, ਤੁਸੀਂ ਐਂ ਮੰਨ ਲਓ ਵੀ 2 ਸਾਲ ਆਪਣੇ ਕੋਲ ਘੋੜੀਆਂ ਆਈਆਂ ਨੂੰ ਹੋ ਗਏ, ਤੇ 2 ਸਾਲਾਂ ਦਾ ਵੀਰੇ ਆਪਾਂ ਇਹਨਾਂ ਦੇ ਕੋਲ ਹੀ ਰਾਤ ਨੂੰ ਵੀ ਮੰਜੀ ਤੇ ਸਿਆਲ 'ਚ ਵੀ ਮੰਜੀ ਇਹਨਾਂ ਦੇ ਕੋਲ ਹੀ ਹੁੰਦੀ ਆਪਣੀ, ਕੋਲ ਹੀ ਹੁੰਦੀ। ਆਪਾਂ ਕਦੇ ਐਂ ਨਹੀਂ ਲਾਲਚ ਕਰਿਆ ਵੀ ਆਪਾਂ ਜਾ ਕੇ ਅੰਦਰ ਪੈ ਜਾਈਏ, ਪਰ ਆਪਾਂ ਇਹ ਨਹੀਂ ਸਿਸਟਮ ਹੈਗਾ ਇਹਨਾਂ ਦੇ ਕੋਲੇ, ਦਿਨ ਰਾਤ ਵਾਂਗੂ ਇਹਨਾਂ ਦੇ ਕੋਲ ਹੀ ਰਹੀਦਾ ਵੀਰੇ, ਪ੍ਰੇਮ ਬਣਿਆ। ਹਾਂ ਵੀਰੇ, ਕੁਛ ਆਪਣੇ ਵੀਰੇ ਸਾਰੇ ਪਰਿਵਾਰ ਨੂੰ ਵੀ ਸ਼ੌਂਕ ਹੈ। ਉਹ ਪਹਿਲਾਂ ਆਪਾਂ ਉਦੋਂ ਗੱਲ ਕਰਦੇ ਕਰਦੇ ਰੁਕ ਗਏ ਬਾਈ ਬਲਜਿੰਦਰ, ਉਹ ਸੱਟਾਂ ਵਾਲੀ ਗੱਲ ਸੀ ਵੀ ਕਿੰਨੀਆਂ ਕੁ ਖਾਧੀਆਂ, ਜਦੋਂ ਨਵਾਂ ਬੰਦਾ ਕੋਈ ਮੋਟਰਸਾਈਕਲ ਸਿੱਖਦੇ ਆ ਆਪਾਂ ਬਹੁਤ ਡਿੱਗਦੇ ਆ, ਕੁਦਰਤੀ ਦਰਦ ਹੁੰਦਾ ਸੀ, ਦਰਦ ਕਰਕੇ ਮਾਰਤੀ ਨਹੀਂ, ਕਦੇ ਵੀ ਲੱਤ ਨੀ ਇਹਨੇ ਮਾਰੀ, ਬੱਚੇ ਫਿਰਦੇ ਰਹਿੰਦੇ ਨੇ 4 ਸਪੇਰੇ ਦੇ ਤੇ ਲੱਤ ਮਾਰਤੀ ਵੀਰੇ, ਤੇ ਕਈ ਦਿਨ ਮੈਨੂੰ ਤੁਸੀਂ ਐ ਮੰਨ ਲਓ ਵੀ ਮਹੀਨਾ ਸਵਾ ਮਹੀਨਾ ਜਦੋਂ ਮੈਂ ਸਾਹ ਵੀ ਲੈਂਦਾ ਸਾਹ ਨਾਲ ਵੀ ਦਰਦ ਹੁੰਦਾ ਰਿਹਾ, ਪਰ ਆਪਣੇ ਮਨ 'ਚ ਇਹ ਨਹੀਂ ਆਇਆ ਵੀ ਆਪਣੇ ਯਾਰ ਇਹਨੇ ਲੱਤ ਮਾਰੀ ਵੀ ਆਪਾਂ ਕਦੀ ਇਹਨੂੰ ਐਂ ਸੋਚ ਲਈਏ ਵੀ ਆਪਾਂ ਇਹਨੂੰ ਸੇਲ ਕਰ ਦਈਏ, ਨਹੀਂ ਬੰਦੇ ਦੇ ਜੇ ਕੰਡਾ ਵੱਜੇ ਨਾ ਉਹ ਵੀ ਐਂ ਸੋਚਣ ਲੱਗ ਜਾਂਦਾ ਯਾਰ ਆਪਣੇ ਨਾਲ ਆਹ ਗਲਤ ਹੋ ਗਿਆ, ਗਲਤ ਹੋ ਗਿਆ, ਪਰ ਆਪਾਂ ਕਦੀ ਆਪਣੇ ਇਹ ਨਹੀਂ ਮਨ 'ਚ ਆਈ ਵੀ ਆਪਾਂ, ਪਰ ਹਾਂ ਵੀਰੇ ਬਾਈ ਸੱਟ ਵੀ ਇਹਨਾਂ ਦੀ ਵੱਜੀ, ਹਾਂਜੀ ਹਾਂਜੀ ਵੀਰੇ ਪਿਆਰ ਉਹ ਵੀ ਪਿਆਰੀ ਲੱਗਦੀ, ਹਾਂਜੀ ਹਾਂਜੀ ਹੈਨਾ, ਹਾਂਜੀ ਕਹਿ ਸਕਦੇ ਆ, ਹਾਂਜੀ। ਤੇ ਵੀਰੇ ਆਪਣੇ ਸਾਰੇ ਪਰਿਵਾਰ ਨੂੰ ਵੀ ਸ਼ੌਂਕ ਹੈ, ਗੁੱਡੀਆਂ ਨੇ ਮੇਰੀਆਂ ਦੋ ਉਹਨਾਂ ਨੂੰ ਵੀ ਸ਼ੌਂਕ ਹੈ, ਤੇ ਆ ਇੱਕ ਮੇਰੇ ਬ੍ਰਦਰ ਦਾ ਮੁੰਡਾ ਹੈ ਤੇ ਇੱਕ ਆ ਮੇਰਾ ਇੱਕ ਕਾਕਾ, ਉਹ ਵਰਗੇ ਕਿੱਧਰ ਗਏ, ਹਾਂ ਆ ਬੈਠਾ ਪਿੱਛੇ ਨਾ, ਫਿਰ ਲੈਣਾ ਹੁਣ ਪੁੱਤਰਾ ਝੂਟੇ ਕਰ ਲੈਣਾ ਸਵਾਰੀ ਪੂਰੀ ਚੜ ਜਾਂਦੇ ਨੇ ਕਦੇ। ਤੇ ਅੰਕਲ ਜੀ ਕੋਈ ਤੁਹਾਡੀ ਜਿਵੇਂ ਪੁਰਾਣਾ ਪਰਿਵਾਰ ਹੈ ਜੀ ਘੋੜੀਆਂ ਰੱਖਣ ਵਾਲਾ, ਹਨਾ ਤੁਹਾਡੀ ਕੋਈ ਇਹਨਾਂ ਨਾਲ ਜਾਤ ਜੁੜੀ ਹੋਈ ਜੀ? ਬਲਜਿੰਦਰ ਨੇ ਤਾਂ ਆਪਦੀ ਸੁਣਾ ਦੀ, ਆਪਣੇ ਛੋਟੇ ਵੀਰ ਅਸੀਂ ਨਾ ਪੜਨ ਜਾਂਦੇ ਸੀ, ਮਰਾਸ਼ੀਆਂ ਦੇ ਘੋੜੀ ਵੱਜੀ ਹੋਈ ਸੀ। ਅੱਛਾ ਜੀ, ਉਹ ਮੱਚੀ ਹੋਈ ਸੀ ਤਾਰ ਲੱਗ ਕੇ, ਮੀਰੋ ਮੁੱਲ ਦੱਸੋ ਇਹਦਾ ਕੀ, ਉਹ ਕਹਿੰਦੇ ਜੀ 1800 ਰੁਪਈਆ। ਅੱਛਾ ਜੀ, ਬਜ਼ੁਰਗ ਸਾਡੇ ਕਹਿੰਦੇ ਆ ਲਓ 1800 ਰੁਪਈਆ, 1800 ਦੀ ਘੋੜੀ, ਹਾਂਜੀ 1800 ਦੀ। ਤੇ ਉਸ ਜੋ ਰੱਖੀ 6-7 ਮਹੀਨੇ ਸੰਭਾਲੀ, ਉਹਨੇ ਬਹੁਤ ਵਧੀਆ ਘੋੜਾ ਦਿੱਤਾ, ਅਰਬੀ ਘੋੜਾ ਪਿੱਛੋਂ, ਹਾਂਜੀ। ਤੇ ਉਹਦੇ 'ਚ ਆਏ ਗਾਹਕ, ਅਸੀਂ ਜ਼ਮੀਨ ਲਈ ਸੀ ਇੱਥੇ 55 ਕਿੱਲੇ 1980 'ਚ, ਇੱਥੇ ਬੋਹੇ 'ਚ ਆ ਗਏ ਨਾ, ਪਹਿਲਾਂ ਹੀ ਅਸੀਂ ਪਾਕਿਸਤਾਨ 'ਚੋਂ ਹਲੇ ਵੇਲੇ ਆਏ ਸੀ ਉੱਜੜ ਕੇ। ਤੇ ਇੱਥੋਂ ਇੱਕ ਸੇਠ ਤੋਂ ਜ਼ਮੀਨ ਲਈ, ਬਜ਼ੁਰਗ ਕਹਿੰਦੇ ਆਪਾਂ ਘੋੜਾ ਵੇਚ ਦਈਏ ਯਾਰ। ਅੱਛਾ ਜੀ, ਤੇ ਘੋੜੇ ਦਾ ਬੰਦੇ ਆ ਗਏ ਸੌਦਾਗਰ ਖਰੀਦ, ਅੱਗੇ ਕਹਿੰਦੇ ਘੋੜੇ ਦਾ ਮੁੱਲ ਕੀ, ਬਜ਼ੁਰਗ ਕਹਿੰਦੇ ਜੀ 5000, ਉਹ ਕਹਿੰਦੇ ਲਓ ਜੀ ਆਹ ਲਓ 5000 ਰੁਪਈਆ, ਪਰ ਤੁਹਾਨੂੰ ਇਹਦੀ ਪਰਖ ਨਹੀਂ, ਤੁਸੀਂ ਭਾਗ ਵਾਲੇ ਬੰਦੇ ਹੋ, ਮੁੱਕਰਨ ਵਾਲੇ ਨਹੀਂ, ਇਹ ਘੋੜੇ ਦੀ ਕੀਮਤ ਹੀ ਕੋਈ ਨਹੀਂ, ਕਿਉਂਕਿ ਉਹ ਅਰਬੀ ਘੋੜਾ ਸੀ। ਹਾਂਜੀ, ਅਤੇ ਬੜਾ ਵਧੀਆ ਨਸਲ ਦਾ ਘੋੜਾ ਸੀ ਉਹ। ਉਦੋਂ ਫਿਰ ਪਤਾ ਲੱਗਿਆ, ਬਜ਼ੁਰਗ ਸਾਡੇ ਕਹਿੰਦੇ ਹੁੰਦੇ ਸੀ ਵੀ ਇਹਨੂੰ ਭਾਗ ਵਾਲਾ ਬੰਦਾ ਰੱਖ ਸਕਦਾ, ਮਾੜਾ ਬੰਦਾ ਨਹੀਂ, ਮਾੜਾ ਬੰਦਾ, ਜਿਹਦੇ ਘਰੇ ਇਹ ਰਹਿੰਦੀਆਂ ਨੇ ਉਹਦਾ ਭਾਗ ਹੀ ਉੱਚਾ ਹੁੰਦਾ, ਉਹਦਾ ਭਾਗ ਹੀ ਉੱਚਾ। ਬਾਕੀ ਸਾਡੇ ਘਰੇ ਜਿੱਦਾਂ ਚਿਰ ਅਸੀਂ ਉੱਜੜ ਕੇ ਘੋੜੀ ਰਹੀ ਹੈ, ਅਸੀਂ ਜਮਾਂ ਸਾਡੇ ਕੋਲ ਕੁਛ ਨਹੀਂ ਸੀ, ਬਜ਼ੁਰਗਾਂ ਨੇ 200 ਕਿੱਲਾ ਜ਼ਮੀਨ ਮੁੱਲ ਲਈ, ਇਹਨਾਂ ਦਾ ਭਾਗ ਸੀ ਸਾਰਾ। ਕਿਉਂਕਿ ਬਾਬਾ ਜੀ ਜਦੋਂ 1947 'ਚ ਵੰਡ ਹੋਈ ਆ, ਹਾਂਜੀ, ਤਾਂ ਉਦੋਂ ਆਪਾਂ ਨੂੰ ਮੰਨ ਕੇ ਚੱਲੋ ਕਿਤੇ ਊਂ ਵੀ ਛੱਡ ਕੇ ਜਾਣਾ ਪੈ ਜੇ, ਹਾਂਜੀ, ਤਾਂ ਉਹ ਸਾਰਾ ਕੁਛ ਉਲਝ ਬੁਲਝ ਹੋ ਜਾਂਦਾ ਜੀ। ਹਾਂਜੀ, ਸਾਡਾ ਪਰਿਵਾਰ ਬਹੁਤ ਮਾਰਿਆ ਗਿਆ ਸੀ, ਤੇ
ਇੱਥੇ ਨਾਲ ਹੀ ਸਾਡੀ ਪਿੰਡ 'ਚ ਹੀ ਭੂਆ ਫਿਰ ਉਹ ਵੀ ਨਾਲ ਹੀ ਆ ਗਈ ਸੀ ਉਹਨਾਂ ਕੋਲ ਵੀ ਇਹ 200 ਕਿੱਲਾ ਚੰਗੀਆਂ ਘੋੜੀਆਂ ਨੇ 10-12 ਉਹਨਾਂ ਕੋਲੇ ਚੰਗੇ ਟਰੈਕਟਰ ਨੇ ਤੇ ਪਰਮਾਤਮਾ ਦੀ ਕਿਰਪਾ ਸਾਡੇ ਬਜ਼ੁਰਗ ਜ਼ਰੂਰ ਕਹਿੰਦੇ ਹੁੰਦੇ ਸੀ ਸਵਾਰੀ ਵੀ ਕਰਦੇ ਸੀ ਅੱਛਾ ਜੀ ਇੱਕ ਸੀ ਵੀ ਰਾਤ ਨੂੰ ਜੋ ਨਰਮੇ ਝੋਕਦੇ ਲੋਕ ਝੋਕ ਲੈਂਦੇ ਸੀ ਜੱਗੇ ਬੰਦੇ ਹੁੰਦੇ ਘੋੜੀ ਦੱਸਦੀ ਵੀ ਅੱਗੇ ਬੰਦੇ ਬੈਠੇ ਅੱਗੇ ਬੰਦੇ ਬੈਠੇ ਆ ਵੀ ਇਹਦੀ ਕੀਮਤ ਹੀ ਨਹੀਂ ਇਸ ਚੀਜ਼ 'ਚ ਜਿਹੜੀ ਚੀਜ਼ ਹੈ ਪਰਖ ਕਰਦੀ ਹੈ ਵੀ ਆਪਾਂ ਨੂੰ ਕੋਈ ਵੀ ਥੜਾ ਬੈਠਾ ਆਪਣੇ ਮਾਰਨ ਵਾਸਤੇ ਹਾਂਜੀ ਹਾਂ ਇਹ ਪਾਕਿਸਤਾਨ ਨੇ ਜਦੋਂ ਗੱਲਾਂ ਦੱਸਦੇ ਉਦੋਂ ਅਸੀਂ ਆਮ ਨੋਰਮਲ ਗੱਲਾਂ ਵੀ ਬਜ਼ੁਰਗ ਜਰ ਸੁਣਾਈ ਜਾਂਦੇ ਨੇ ਜਦੋਂ ਇੱਧਰਲੇ ਬੰਦੇ ਤੋਂ ਸੁਣਦੇ ਉਹ ਮੱਝਾਂ ਦੀਆਂ ਗੱਲਾਂ ਕਰਦੇ ਵੀ ਮੱਝ ਵਧੀਆ ਜੀ ਦੁੱਧ ਪੱਠੇ ਪਾਓ ਤੇ ਹੁਣ ਤਾਂ ਇੱਧਰਲੇ ਲੋਕ ਵੀ ਰੱਖਣ ਲੱਗ ਗਏ ਕਿਉਂਕਿ ਬਾਬਾ ਜੀ ਆਪਾਂ ਗੱਲ ਕਰਕੇ ਘੋੜਿਆਂ ਦੀ ਜੀ ਇਹਨਾਂ 'ਚ ਸਹਿਣਸ਼ੀਲਤਾ ਬਹੁਤ ਹੁੰਦੀ ਹੈ ਹਨਾ ਹਾਂਜੀ ਇਹ ਇਹਨਾਂ ਨੂੰ ਕੋਈ ਹਰੇਕ ਬੰਦਾ ਨਹੀਂ ਰੱਖ ਸਕਦਾ ਪਰ ਇਹਨਾਂ ਨੂੰ ਕਰਮ ਵਾਲਾ ਬੰਦਾ ਰੱਖਦਾ ਭਾਗ ਇਹਨਾਂ ਦਾ ਇਹ ਪਰਮਾਤਮਾ ਦੇ ਨੇ ਸਵਾਰੀ ਕੀਤੀ ਹੈ ਪੀਰਾਂ ਫਕੀਰਾਂ ਨੇ ਗੁਰੂ ਗੋਬਿੰਦ ਸਿੰਘ ਨੇ ਜਾਂ ਗੁਰੂਆਂ ਨੇ ਆਪਣੇ ਨੇ ਇਹਨੂੰ ਕੋਈ ਮਾੜਾ ਬੰਦਾ ਨਹੀਂ ਉਹ ਰੱਖ ਸਕਦਾ ਤੇ ਨਾ ਮਾੜਾ ਬੰਦਾ ਇੱਥੇ ਸਵਾਰੀ ਕੁਦਰਤੀ ਕਰ ਹੀ ਨਹੀਂ ਸਕਦਾ ਕਰ ਨਹੀਂ ਸਕਦਾ ਘਟੀਆ ਬੰਦਾ ਬੈਠ ਵੀ ਨਹੀਂ ਸਕਦਾ ਇੱਥੇ ਨਾ ਘੋੜੀ ਬੈਠਣ ਦੇ ਉਹ ਕਹਿੰਦੇ ਹੁੰਦੇ ਆ ਬਾਬਾ ਜੀ ਕਹਿੰਦੇ ਕੋਈ ਜਿਹੜਾ ਬੰਦਾ ਕੋਈ ਗਲਤ ਨਸ਼ਾ ਪੱਤਾ ਕਰਦਾ ਨਾ ਜਾਂ ਕੋਈ ਦਾਰੂ ਪੀਂਦਾ ਜਾਂ ਕੁਛ ਵੀ ਹੈ ਨਾ ਉਹ ਉਹ ਮਤਲਬ ਚੱਕਰ ਨਹੀਂ ਮਿਲਾਉਂਦੇ ਉਹਦੇ ਨਾਲ ਇੱਕ ਛੋਟਾ ਜਿਹਾ ਦੀ ਲੈਣ ਹੋਰ ਬਹੁਤ ਵਧੀਆ ਵੀ ਜਿਵੇਂ ਘੋੜੀਆਂ ਰੱਖੀਆਂ ਨੇ ਤੁਸੀਂ ਡੰਗਰ ਅੱਜ ਜਿਹੜੇ ਹਾਲਾਤ ਬਹੁਤ ਮਾੜੇ ਨੇ ਨੌਜਵਾਨ ਬੱਚੇ ਪੜ੍ਹਨ ਵਾਲੇ ਉਹ ਨਸ਼ੇ ਵਾਲੇ ਪਾਸੇ ਚੱਲ ਪੈਂਦੇ ਨੇ ਜਿਹੜੇ ਇੱਧਰਲੇ ਪਾਸੇ ਪੈ ਜਾਣਗੇ ਉਹ ਐਂ ਸਮਝ ਲਓ ਵੀ ਔਲਾਦ ਬਰਬਾਦ ਨਹੀਂ ਹੁੰਦੀ ਜਿਹਦੀ ਔਲਾਦ ਵਧੀਆ ਉਹਦਾ ਸੁਰਗ ਵੀ ਇੱਥੇ ਆ ਤੇ ਨਰਕ ਵੀ ਇੱਥੇ ਨਰਕ ਵੀ ਇੱਥੇ ਬਸ ਮੇਰਾ ਤਾਂ ਇੰਨਾ ਕੁਛ ਹੀ ਕਹਿਣਾ ਵੀ ਡੰਗਰ ਰੱਖਣੇ ਜ਼ਰੂਰੀ ਨੇ ਸੰਭਾਲੋ ਉਹਨਾਂ 'ਚ ਬੰਦਾ ਧਿਆਨ ਲੱਗਿਆ ਰਹਿੰਦਾ ਵਿਹਲਾ ਬੰਦਾ ਸ਼ਰਾਰਤਾਂ ਕਰਦਾ ਹਾਂਜੀ ਹਾਂ ਚਲੋ ਧੰਨਵਾਦ ਬਾਬਾ ਜੀ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਤੁਸੀਂ ਤੇ ਬਲਜਿੰਦਰ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਵੀਰੇ ਗੱਲਬਾਤ ਕਰਨ ਲਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਦੋਸਤੋ ਤੁਸੀਂ ਵੀ ਵੀਡੀਓ ਜ਼ਰੂਰ ਦੱਸੋ ਕਮੈਂਟ ਕਰਕੇ ਕਿਹੋ ਜਿਹੀ ਲੱਗੀ ਤੇ ਹੋਰ ਵੀਡੀਓਜ਼ ਦੇਖਣ ਲਈ ਆਪਣਾ ਏ ਕੇ ਟੀ ਵੀ ਪੰਜਾਬ ਚੈਨਲ ਕਰ ਲਓ ਸਬਸਕ੍ਰਾਈਬ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਘੋੜੇ ਘੋੜਿਆਂ ਦੀਆਂ ਜਾਨਵਰਾਂ ਦੀਆਂ ਲੈ ਕੇ ਆਉਂਦੇ ਰਹਿੰਦੇ ਹਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ